ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। क्वेश्चन कह रहे हैं स्टेट दैट द पॉइंट्स 1742 -1, -1 एंड -4, -4 आर द वर्टिसेस ऑफ ए स्क्वायर। सम कह रहे हैं कि ये जो पॉइंट्स है ने ये एक स्क्वायर बना रहे ने, ये सानू दिखाना है। तो सब तो पहला अपन एक स्क्वायर बना लेंगे। मान लेंगे एक स्क्वायर है एबीसीडी, ए बी सी ते ए डी। एदे वर्टिसेस ने ए हो गया 1, 7, एदे हो गए 4, 2, बी दे सी दे हो गए -1, -1 ते डी दे हो गए -4, -4। ਹੁਣ ਸਾਨੂੰ ਪਤਾ ਹੈ ਕਿ ਸਕੁਆਇਰ ਦੇ ਜਿੰਨੀਆਂ ਵੀ ਸਾਈਡਸ ਹੁੰਦੀਆਂ ਨੇ ਉਹ ਸਾਰੀਆਂ ਬਰਾਬਰ ਹੁੰਦੀਆਂ ਨੇ। ਹੁਣ ਆਪਾਂ ਇਹਦੇ ਡਾਇਗਨਲ ਵੀ ਬਣਾ ਲਾਂਗੇ। ਡਾਇਗਨਲ ਬਣਾਂਗੇ, ਬੀਡੀ ਡਾਇਗਨਲ ਬਣ ਗਈ। ਹੁਣ ਇੱਕ ਡਾਇਗਨਲ ਬਣਾਂਗੇ ਏਸੀ। ਤੇ ਇੱਕ ਸਕੁਆਇਰ ਦੇ ਜਿੰਨੇ ਵੀ ਸਾਈਡਸ ਹੁੰਦੇ ਨੇ 4 ਸਾਈਡ ਸਾਰੀਆਂ ਬਰਾਬਰ ਹੁੰਦੀਆਂ ਨੇ। ਤੇ ਅਸੀਂ ਸਭ ਤੋਂ ਪਹਿਲਾਂ ਚਾਰੋਂ ਸਾਈਡਸ ਏਬੀ ਬਰਾਬਰ ਹੋਏਗਾ ਬੀਸੀ ਦੇ, ਤੇ ਇਹ ਬਰਾਬਰ ਹੋਏਗਾ ਸੀਡੀ ਦੇ, ਤੇ ਇਹ ਬਰਾਬਰ ਹੋਏਗਾ ਏਡੀ ਦੇ। ਤੇ ਹੋਰ ਜਿਹੜਾ ਡਾਇਗਨਲਸ ਹੁੰਦੇ ਨੇ ਉਹ ਵੀ ਬਰਾਬਰ ਹੁੰਦੇ ਨੇ, ਇਹਦਾ ਮਤਲਬ ਬੀਡੀ ਬਰਾਬਰ ਹੋਏਗਾ ਏਸੀ ਦੇ। ਹੁਣ ਅਸੀਂ ਡਿਸਟੈਂਸ ਫਾਰਮੂਲਾ ਨੂੰ ਫਾਰਮੂਲਾ ਨਾਲ ਸਾਰਿਆਂ ਦੀ ਲੰਬਾਈ ਕੱਢ ਲਾਂਗੇ ਤੇ ਡਿਸਟੈਂਸ ਕੱਢ ਲਾਂਗੇ। ਏ ਬੀ ਦਾ ਹੋ ਜਾਏਗਾ ਸਾਡਾ ਡਿਸਟੈਂਸ ਫਾਰਮੂਲਾ ਹੁੰਦਾ X2 - X1 ਦਾ ਹੋਲ ਸਕੁਆਇਰ ਪਲੱਸ Y2 - Y ਪਲੱਸ ਸਕੁਆਇਰ ਰੂਟ ਨਹੀਂ Y2 - Y1 Y2 - Y1 ਦਾ ਹੋਲ ਸਕੁਆਇਰ। ਤੇ ਏ ਬੀ ਏ ਏ ਵੇ X1 ਹੋ ਗਿਆ, ਇਹ X2 ਹੋ ਗਿਆ, ਇਹ Y1 ਹੋ ਗਿਆ, ਇਹ Y2 ਹੋ ਗਿਆ। ਤੇ ਇੱਥੋਂ ਕੱਢ ਲਾਂਗੇ ਆਪਾਂ ਏ ਬੀ ਦੀ ਲੈਂਥ, ਤੇ ਇਹ ਹੋ ਜਾਏਗਾ 4 - 1 ਦਾ ਸਕੁਆਇਰ ਪਲੱਸ 2 - 7 ਦਾ ਸਕੁਆਇਰ। 4 - 1 3 ਹੋਇਆ, 3 ਦਾ ਸਕੁਆਇਰ 9 ਪਲੱਸ 7, 2 - 7 - 5 ਦਾ ਸਕੁਆਇਰ ਹੋ ਗਿਆ 25। ਤੇ ਇਹ ਹੋ ਗਿਆ ਸਕੁਆਇਰ ਰੂਟ 34 ਯੂਨਿਟ। ਹੁਣ ਆਪਾਂ ਬੀਸੀ ਕੱਢਾਂਗੇ। ਤੇ ਬੀਸੀ ਚ X2 ਹੈ -1, -1, -4 ਦਾ ਸਕੁਆਇਰ ਪਲੱਸ -1, -2 ਦਾ ਸਕੁਆਇਰ। ਇਹ ਹੋ ਜਾਏਗਾ -1 - -4 ਦਾ ਸਕੁਆਇਰ ਹੋ ਜਾਏਗਾ -5 ਦਾ ਸਕੁਆਇਰ 25 ਪਲੱਸ -1 - -2 3 ਦਾ ਸਕੁਆਇਰ 9। ਇਹ ਵੀ ਹੋ ਗਿਆ 34 ਸਕੁਆਇਰ ਰੂਟ 34 ਯੂਨਿਟ। ਹੁਣ ਆਪਾਂ ਕੱਢਾਂਗੇ ਸੀਡੀ। ਸੀਡੀ ਇੱਥੇ X2 ਹੈ, ਡੀ -4 -1 + 1 ਹੋ ਜਾਏਗਾ ਦਾ ਸਕੁਆਇਰ ਪਲੱਸ -1 - 4 ਦਾ ਸਕੁਆਇਰ। ਤੇ ਹੋ ਜਾਏਗਾ -4 ਚੋਂ 1 ਮਾਈਨਸ ਕਰਾਂਗੇ ਤੇ -3 ਦਾ ਸਕੁਆਇਰ 9 ਪਲੱਸ -5 ਦਾ ਸਕੁਆਇਰ 25। ਇਹ ਵੀ ਹੋ ਗਿਆ ਸਕੁਆਇਰ ਰੂਟ 34 ਯੂਨਿਟ। ਹੁਣ ਆਪਾਂ ਕੱਢਾਂਗੇ ਏਡੀ। ਤੇ ਏਡੀ
एडी बराबर हो जाएगा, इथे कोऑर्डिनेट्स ने ए दे एक और सात, ए माइनस चार जो माइनस एक जाएगा, माइनस चार माइनस एक द स्क्वायर प्लस चार माइनस सात द स्क्वायर ए हो जाएगा, माइनस पांच द स्क्वायर पच्ची प्लस सात जो चार गया माइनस तीन द स्क्वायर नौ, क्या हो जाएगा स्क्वायर रूट चौंतीस यूनिट। हुण आपां इहदे डायगनल कढांगे, ते डायगनल है बीडी, बीडी इत्थे हो जाएगा माइनस चार द स्क्वायर प्लस चार माइनस दो द स्क्वायर, क्या हो जाएगा माइनस चार आठ द स्क्वायर चौंठ प्लस चार चो दो गया दो द स्क्वायर चार 68 यूनिट हो गया पदा बीडी। हुण आपां कढांगे एसी, एसी बराबर हो जाएगा इत्थे सी ए माइनस वन होर वन, ए माइनस वन माइनस एक द स्क्वायर हो जाएगा एक्स टू एक के ते प्लस माइनस एक माइनस सत द स्क्वायर, ए हो गया माइनस टू द स्क्वायर हो जाएगा चार प्लस माइनस आठ द स्क्वायर चौंठ, ए हो गया स्क्वायर रूट 68 यूनिट। अपा वेख रहे हैं सारिया साइड्स बराबर ने और उधर दोनों डायगनल भी बराबर ने, इथो असी लिख सकते हैं ए बी बराबर है बी सी दे, बराबर है सी डी दे, ए बराबर है ए डी दे, और इथो लिख सकते हैं बी डी बराबर है ए सी दे, इसलिए ए एक स्क्वायर है, ए जेडे वर्टिसेस है ने सारे स्क्वायर दे ने, यही अपन प्रूफ करना सी, हो गया प्रूफ, धन्यवाद।